ਤੇਰਾ ਕੀਤਾ ਜਾਤੋ ਨਾਹੀ ਮੈਨੂੰ ਜੋਗ ਕੀ ਤੋਈ ਮੈਂ ਨਿਰਗੁਣ ਆਰੇ ਕੋਗਣ ਨਾਹੀ ਆਪੇ ਤਰਸ ਪਏ ਹਾਜ਼ਰ ਹਜ਼ੂਰ ਜਾਹ ਹਜ਼ੂਰ ਚਰਨ ਛਤਰ ਤਖਤ ਦੇ ਮਾਲਕ ਗਰੀਬ ਨਵਾਜ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਤਾਰ ਜੀ ਜਿਨ੍ਹਾਂ ਦੀ ਪਾਵਨ ਪਵਿੱਤਰ ਨਿੱਜੀ ਗੋਦ ਅੰਦਰ ਗੁਰਦੁਆਰਾ ਸਾਹਿਬ ਫਰੀ ਮਾਉਂਟ ਵਿਖੇ ਦੇਵਤਿਆਂ ਸਮਾਨ ਚੌਂਕੜੇ ਲਾ ਕੇ ਭਗਤੀ ਕਰ ਰਹੇ ਗੁਰੂ ਕੀ ਸੰਗਤ ਅਦਬ ਸਾਹਿਬ ਸਭ ਤੋਂ ਪਹਿਲਾਂ ਗੁਰੂ ਬਖਸ਼ੀ ਫਤਿਹ ਬੁਲਾਓ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਢਾਡੀ ਜਿੱਥੇ ਤੋਂ ਪਹਿਲਾਂ ਜਿੱਥੇ ਆਪ ਜੀ ਨੇ ਸਤਿਗੁਰਾਂ ਦੀ ਪਾਵਨ ਬਾਣੀ ਕਥਾ ਵਿਚਾਰ ਇਲਾਹੀ ਬਾਣੀ ਦੇ ਕੀਰਤਨ ਸਰਵਣ ਕੀਤੇ ਨੇ ਸਨਮਾਨਯੋਗ ਭਾਈ ਸਾਹਿਬ ਜੀ ਭਾਈ ਗੁਰਭੇਜ ਸਿੰਘ ਜੀ ਖਾਲਸਾ ਜਿਨ੍ਹਾਂ ਦੇ ਪਾਸੋਂ ਆਪ ਜੀ ਨੇ ਰੂਹਾਨੀਅਤ ਭਰੇ ਪਿਆਰ ਭਰੇ ਸ਼ਬਦ ਗੁਰੂ ਸਾਹਿਬ ਜੀ ਦੀ ਨਜ਼ਦੀਕਤਾ ਬਣਾਉਂਦੇ ਹੋਏ ਆਪ ਜੀ ਨੇ ਸਰਵਣ ਕੀਤੇ ਬਹੁਤ ਵਾਰ ਬੇਅੰਤ ਵਾਰ ਵਿਚਾਰ ਹੁੰਦੀ ਨਕੋਦਰ ਦੇ ਕੋਲ ਆਦਰਾ ਮਣ ਪਿੰਡ ਭਾਈ ਤਰਸੇਮ ਸਿੰਘ ਜੀ ਉਹ ਅਕਸਰ ਖਾਲਸਾ ਜੀ ਦਾ ਜ਼ਿਕਰ ਦਾਸ ਨਾਲ ਸਾਂਝਾ ਕਰਦੇ ਮਨ ਦੇ ਅੰਦਰ ਚਾਹਨਾ ਪੈਦਾ ਹੁੰਦੀ ਪਰ ਅੱਜ ਇਤਫਾਕ ਸਤਿਗੁਰਾਂ ਨੇ ਬਣਾਇਆ ਇਸ ਗੁਰਦੁਆਰਾ ਸਾਹਿਬ ਫਰੀ ਮੰਡ ਵਿਖੇ ਗੁਰੂ ਹਜ਼ੂਰੀ ਦੇ ਅੰਦਰ ਪਿਆਰੇ ਸ਼ਬਦ ਸਰਵਣ ਕਰਨ ਦਾ ਇੰਨੀ ਨੇੜਤਾ ਇੰਨੀ ਮੁਹੱਬਤ ਇੰਨੇ ਪਿਆਰ ਭਰੇ ਲਫ਼ਜ਼ਾਂ ਦੁਆਰਾ ਗੁਰਮਤ ਦੇ ਰੂਹਾਨੀਅਤ ਲਵਰੇ ਸ਼ਬਦਾਂ ਦੇ ਰੂਪ ਦੁਆਰਾ ਸੱਚਮੁੱਚ ਮੈਂ ਮਹਿਸੂਸ ਕਰ ਰਿਹਾ ਸੀ ਕਿਸੇ ਵਿਦਵਾਨ ਦੇ ਗੁਰੂ ਜੀ ਉਹ ਕਹਿੰਦਾ ਕਲਗੀ ਵਾਲੇ ਪਾਤਸ਼ਾਹ ਮਹਾਰਾਜ ਅਨੰਦਪੁਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੇ ਸੁਭਾਈ ਮਾਰਨੇ ਤੇ ਭਾਈ ਆਨੰਦ ਲਾਲ ਦੀ ਕਲਗੀ ਵਾਲੇ ਪਾਤਸ਼ਾਹ ਮਹਾਰਾਜ ਦੇ ਚਰਨਾਂ ਵਿੱਚ ਹਾਜ਼ਰ ਸਨ ਦਰਬਾਰ ਜੀ ਤੱਕ ਪਏ ਕਹਿਣਗੇ ਭਾਈ ਆਨੰਦ ਲਾਲ ਤੇਰੇ ਤੇ ਅਸੀਂ ਪ੍ਰਸੰਨ ਹਾਂ ਕੁਝ ਮੰਗਣਾ ਕਹਿੰਦਾ ਦਾਤਾ ਮੰਗਾਂ ਤੇ ਤਾਂ ਜੇ ਤੁਸੀਂ ਕੋਈ ਥੋੜ੍ਹੀ ਛੱਡੀ ਹੋਵੇ ਸਤਿਗੁਰੂ ਕਹਿੰਦਾ ਨਹੀਂ ਫਿਰ ਮੰਗ ਜੋ ਮੰਗੇਗਾ ਗੁਰੂ ਨਾਨਕ ਦੇ ਘਰ ਦੇ ਵਿੱਚੋਂ ਮਿਲੇਗਾ ਸਤਿਗੁਰਾਂ ਦੇ ਸਾਹਮਣੇ ਹੱਥ ਜੋੜ ਕੇ ਨੀਵੀਂ ਪਾ ਕੇ ਖਲੋਤਾ ਕਹਿੰਦਾ ਦਾਤਾ ਜੋ ਵੀ ਮੰਗਾਂ ਮਿਲ ਜਾਏਗਾ ਸੱਚੇ ਪਾਤਸ਼ਾਹ ਰਹਿਮਤ ਵਿੱਚ ਆਏ ਕਹਿਣਗੇ ਆਨੰਦ ਲਾਲ ਮਿਲ ਜਾਏਗਾ ਕਹਿਣਗੇ ਦਾਤਾ ਫਿਰ ਕਿਰਪਾ ਕਰਿਓ ਮੰਗ ਪੂਰੀ ਕਰਿਓ ਇਹ ਸੰਸਾਰ ਦੇ ਵਿੱਚ ਤੁਸੀਂ ਜੀਵਨ ਦਿੱਤਾ ਹੈ ਤੁਹਾਡੇ ਦੀਦਾਰੇ ਕਰ ਰਿਹਾ ਇਹ ਜੀਵਨ ਮੁੱਕ ਜਾਏ ਭਾਵੇਂ ਇਸ ਦੁਨੀਆਂ ਨੂੰ ਛੱਡ ਕੇ ਚਲਾ ਜਾਵਾਂ ਮੇਰੇ ਇਸ ਪੰਜ ਭੂਤਕ ਸਰੀਰ ਦਾ ਅੰਤਮ ਸੰਸਕਾਰ ਹੋ ਜਾਏ ਪਰ ਗਰੀਬ ਨਵਾਜ ਜਦੋਂ ਉਹ ਅੰਤਮ ਸੰਸਕਾਰ ਵੀ ਹੋ ਜਾਏ ਉਦੋਂ ਵੀ ਹਵਾ ਕਿਤੇ ਦੂਜੇ ਪਾਸੇ ਨੂੰ ਨਾ ਚੱਲ ਪਏ ਤਾਂ ਕਿ ਮੇਰੇ ਉਸ ਸੰਸਕਾਰ ਦੇ ਵਿੱਚ ਉਹ ਸਰੀਰ ਦੀ ਬਣੀ ਸਵਾਹ ਕਿਤੇ ਦੂਜੇ ਪਾਸੇ ਨਾ ਚਲੇ ਜਾਏ ਉਹ ਵੀ ਹਵਾ ਉੱਧਰ ਨੂੰ ਚੱਲੇ ਜਿੱਦਾਂ ਤੁਸੀਂ ਬੈਠੇ ਹੋ ਜੇ ਦੂਜੇ ਪਾਸੇ ਚੱਲ ਪਈ ਤਾਂ ਦੁਨੀਆਂ ਦੇ ਲੋਕਾਂ ਨੇ ਕਹਿਣਾ ਦੇਖੋ ਆਨੰਦ ਲਾਲ ਦੇ ਬਾਰੇ ਦੀ ਸਵਾਹ ਜਿਹੜੀ ਉੱਡਦੀ ਦੂਜੇ ਪਾਸੇ ਜਾ ਰਹੀ ਉੱਧਰ ਵੀ ਨਾ ਜਾਏ ਉਹ ਵੀ ਗੁਰੂ ਲੈ ਜਾਏ ਗੁਰੂ ਕਿਰਪਾ ਕਰੇ ਐਸੀ ਰਹਿਮਤ ਦਾ ਕਿਣਕਾ ਸਾਡੇ ਹਿਰਦਿਆਂ ਦਾ ਵੱਸ ਜਾਏ ਤਾਂ ਕਿ ਇਹ ਜਿਹੜਾ ਮਨੁੱਖਾ ਜਨਮ ਪ੍ਰਾਪਤ ਹੋਇਆ ਨਾ ਸੱਚਮੁੱਚ ਇਹਦੇ ਵਿੱਚ ਪੂਰਾ ਪੂਰਾ ਅਸੀਂ ਰਾਹ ਪ੍ਰਾਪਤ ਕਰ ਸਕੀਏ ਸੰਸਾਰ ਵਿੱਚ ਰਹਿੰਦੇ ਹੋਏ ਉਸ ਨਿਰੰਕਾਰ ਦੇ ਚਰਨਾਂ ਨੂੰ ਜੜ ਜਾਈਏ ਇਹ ਗੁਰੂ ਚਰਨਾਂ ਵਿੱਚ ਪ੍ਰਾਰਥਨਾ ਹੈ ਇੱਕ ਵਾਰੀ ਸਾਰੇ ਅਰਦਾਸ ਕਰੋ ਆਖੋ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਭ ਦਾ ਨਿਰੰਤਰ ਲਗਾਤਾਰ ਆ ਸਾਰਾ ਹਫ਼ਤਾ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨ ਸਵਾਰਿਆ ਗੁਰੂ ਰਾਮਦਾਸ ਅਤੇ ਪਾਤਸ਼ਾਹ ਸੋਢੀ ਸੁਲਤਾਨ ਦਾ ਤਾਰ ਜੀ ਦੀ ਵਡਿਆਈ ਕਿਉਂਕਿ ਉਹਨਾਂ ਦਾ ਪ੍ਰਕਾਸ਼ ਗੁਰਪੁਰਬ ਮਨਾਇਆ ਗਿਆ ਪ੍ਰਬੰਧਕਾਂ ਦੇ ਉਲੀਕੇ ਹੋਏ ਪ੍ਰੋਗਰਾਮ ਅਨੁਸਾਰ ਗੁਰੂ ਰਾਮਦਾਸ ਅਤੇ ਪਾਤਸ਼ਾਹ ਮਹਾਰਾਜ ਜੀ ਦੇ ਜੀਵਨ ਸੰਬੰਧੀ ਉਹਨਾਂ ਦੇ ਪਿਆਰੇ ਜੀਵਨ ਦੇ ਵਿੱਚੋਂ ਕੁਝ ਕਣਕਾਂ ਮਾਤਰ ਆਪ ਜੀ ਦੇ ਨਾਲ ਲਗਾਤਾਰ ਵਿਚਾਰ ਸਾਂਝੀਆਂ ਕਰਦੇ ਆ ਰਹੇ ਅੱਜ ਥੋੜ੍ਹਾ ਅਗੇਰੇ ਚੱਲਣ ਦਾ ਮਨ ਬਣਾਇਆ ਕਿਉਂਕਿ ਕੱਲ੍ਹ ਦਾ ਜੋ ਦਿਹਾੜਾ ਆ ਰਿਹਾ ਉਹ ਸਮਰਪਿਤ ਹੈ ਕੌਮ ਦੇ ਸ਼ਹੀਦਾਂ ਨੂੰ ਉਸ ਦਾ ਜ਼ਿਕਰ ਆਪਾਂ ਕੱਲ੍ਹ ਨੂੰ ਕਰਾਂਗੇ ਜਿਨ੍ਹਾਂ ਦਾ ਜ਼ਿਕਰ ਮੈਂ ਸੰਖੇਪ ਕਰਦਿਆਂ ਭਾਈ ਸੁਖਦੇਵ ਸਿੰਘ ਜੀ ਸੁੱਖਾ ਅਤੇ ਭਾਈ ਹਰਜਿੰਦਰ ਸਿੰਘ ਜੀ ਜਿੰਦਾ ਤੋ ਖੈਰ ਗੁਰੂ ਰਾਮਦਾਸ ਅਤੇ ਪਾਤਸ਼ਾਹ ਮਹਾਰਾਜ ਦੇ ਜੀਵਨ ਦੀ ਬਾਤ ਕਰਦਿਆਂ ਮੈਂ ਇੱਕ ਦਿਨ ਵਿਚਾਰ ਕਰ ਰਿਹਾ ਸੀ ਕਿ ਗੁਰੂ ਅਮਰਦਾਸ ਮਹਾਰਾਜ ਦੇ ਸਾਹਮਣੇ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਅਜੇ ਗੁਰਤਾ ਗੱਦੀ ਤੇ ਨਹੀਂ ਸੇਵਾ ਵਿੱਚ ਹਾਜ਼ਰ ਨੇ ਜਿਸ ਦਿਨ ਗੁਰੂ ਅਮਰਦਾਸ ਤੇ ਮਾਤਾ ਮਨਸਾ ਦੀ ਆਪਣੀ ਬੇਟੀ ਭਾਨੀ ਜੀ ਦਾ ਰਿਸ਼ਤਾ ਕਰਨ ਲੱਗੇ ਤੇ ਗੁਰੂ ਅਮਰਦਾਸ ਅਤੇ ਪਾਤਸ਼ਾਹ ਮਹਾਰਾਜ ਜੀ ਦੇ ਸਾਹਮਣੇ ਜਦੋਂ ਸਵਾਲ ਆਇਆ ਵੀ ਇਹੋ ਜਿਹਾ ਦੀਵਾਨ ਹੋਣਾ ਚਾਹੀਦਾ ਤੇ ਗੁਰੂ ਅਮਰਦਾਸ ਮਹਾਰਾਜ ਕਹਿਣ ਲੱਗੇ ਮਨਸਾ ਜੀ ਫਿਰ ਇਹੋ ਜਿਹਾ ਤੇ ਇਹੋ ਜਿਹਾ ਇਹਦੇ ਤੋਂ ਬਗੈਰ ਦੁਨੀਆਂ ਵਿੱਚ ਹੋਰ ਕੋਈ ਨਹੀਂ ਹੈ ਮਾਤਾ ਜੀ ਕਹਿਣ ਲੱਗੇ ਸਵਾਮੀ ਹਰ ਬੰਦਾ ਹਰ ਮਾਂ ਬਾਪ ਵਿਚਾਰ ਕਰਦਾ ਵੀ ਜਿਹਦੇ ਨਾਲ ਆਪਣੀ ਧੀ ਦਾ ਰਿਸ਼ਤਾ ਕਰਨਾ ਉਹਦਾ ਘਰ ਕਿਹੋ ਜਿਹਾ
ਗੁਰੂ ਅਮਰਦਾਸ ਸੱਚੇ ਪਾਤਸ਼ਾਹ ਕਹਿਣ ਲੱਗੇ ਮਨਸਾ ਜੀ ਜੇ ਘਰ ਦੀ ਗੱਲ ਕਰਦੇ ਹੋ ਤਾਂ ਇਹ ਬਾਲਕ ਜਿਸ ਨੂੰ ਆਪਣੇ ਸਾਹਮਣੇ ਖੜਾ ਤੱਕ ਰਹੇ ਹੋ ਇਹਦਾ ਘਰ ਦੁਨੀਆਂ ਵਿੱਚ ਇਹੋ ਜਿਹਾ ਹੋਏਗਾ, ਦੁਨੀਆਂ ਦੇ ਅੰਦਰ ਭਾਵੇਂ ਕਿਹੋ ਜਿਹੇ ਵੀ ਮਹਿਲ ਹੋਣ ਦੁਨੀਆਂ ਦੇ ਲੋਕਾਂ ਦੇ, ਪਰ ਜਿੰਨਾ ਚਿਰ ਇਹਦੇ ਘਰ ਵਿੱਚ ਨਹੀਂ ਆਉਂਦੇ ਉਹਨਾਂ ਨੂੰ ਖੁਸ਼ੀ ਮਹਿਸੂਸ ਨਹੀਂ ਹੁੰਦੀ, ਉਹ ਚਾਹ ਰਹਿਣਗੇ ਵੀ ਕਿਤੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਘਰ ਦੇ ਦੀਦਾਰੇ ਕਰ ਲਈਏ। ਭਾਵੇਂ ਆਪਣਾ ਪਤੀ ਦੁਨੀਆਂ ਵਿੱਚ 500 ਘਰ ਗੁਰਸਿੱਖਾਂ ਦੇ ਨੇ, ਆਪਣੇ ਜਹਾਜ਼ ਚੱਲਦੇ ਨੇ, ਪਰ ਧਿਆਨ ਮਾਰ ਕੇ ਵੇਖਿਓ ਜਦੋਂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਘਰ ਦੇ ਜਾ ਕੇ ਦਰਸ਼ਨ ਕਰਦੇ ਨੇ ਮਨ ਨੂੰ ਸਕੂਨ ਤੇ ਸੁੱਖ ਪ੍ਰਾਪਤ ਹੁੰਦਾ ਹੈ। ਗੁਰੂ ਅਮਰਦਾਸ ਮਹਾਰਾਜ ਕਹਿਣਗੇ ਮਨਸਾ ਜੀ ਤੁਸੀਂ ਕਾਰੋਬਾਰ ਦੀ ਗੱਲ ਕਰਦੇ ਹੋ, ਸਾਡੀ ਧੀ ਸੁਖੀ ਵਸੇਗੀ, ਉੱਥੇ ਕਿਸੇ ਗੱਲ ਦੀ ਕਮੀ ਤਾਂ ਨਹੀਂ ਆਏਗੀ, ਇਹਦਾ ਕਾਰੋਬਾਰ ਇਹੋ ਗਿਆ ਦੁਨੀਆਂ ਦੇ ਵਿੱਚ ਕਿਤੋਂ ਕਿਤੋਂ ਵੀ ਟਿਕਾਣਾ ਨਾ ਮਿਲੇ, ਭੁੱਖਾ ਆ ਜਾਏ, ਪਰ ਇਹਦੇ ਦਰ ਦੇ ਉੱਤੇ ਆਇਆ ਕਦੇ ਕੋਈ ਭੁੱਖਾ ਵਾਪਸ ਮੁੜ ਕੇ ਨਹੀਂ ਜਾਏਗਾ, ਗੁਰਸਿੱਖੋਂ ਨਹੀਂ ਜਾਂਦਾ, ਪਰ ਸਾਰੀ ਰਹਿੰਦੀ ਦੁਨੀਆਂ ਤੱਕ ਨਹੀਂ ਜਾਏਗੀ। ਮਨਸਾ ਜੀ ਕਹਿੰਦੇ ਸਵਾਮੀ ਇੱਕ ਗੱਲ ਹੋ ਰਹੀ, ਪਰਿਵਾਰ ਬਾਰੇ ਵੀ ਜਾਣਕਾਰੀ ਹੋਣੀ ਚਾਹੀਦੀ ਹੈ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਕਹਿਣ ਲੱਗੇ ਮਨਸਾ ਜੀ ਇਹਦਾ ਏਡਾ ਕੁ ਵੱਡਾ ਪਰਿਵਾਰ ਹੋਏਗਾ, ਉਹਦਾ ਕਰਮੀ ਨਾਮਾ ਬੜਾ ਉੱਚਾ ਤੇ ਸੁੱਚਾ ਹੋਵੇਗਾ, ਇਹਦੇ ਪਰਿਵਾਰ ਦਾ ਸਾਰੀ ਦੁਨੀਆਂ ਵਿੱਚ ਕੋਈ ਨਹੀਂ ਹੋ ਸਕਣਾ। ਗੁਰਮੁਖੋ ਸੱਚਮੁੱਚ ਗੁਰੂ ਰਾਮਦਾਸ ਤੇ ਬੀਬੀ ਭਾਨੀ ਜੀ ਦੇ ਪਰਿਵਾਰ ਦੀ ਬਹੁਤ ਲੰਬੇ ਦੀ ਕੱਥ ਹੈ, ਉਹ ਗੁਰੂ ਰਾਮਦਾਸ ਦੇ ਪਾਤਸ਼ਾਹ ਤੋਂ ਆਰੰਭ ਕਰ ਲਈਏ। ਗੁਰੂ ਰਾਮਦਾਸ ਮਹਾਰਾਜ ਤੇ ਬੀਬੀ ਮਾਤਾ ਭਾਨੀ ਜੀ ਦੇ ਸਾਹਿਬਜ਼ਾਦੇ ਸਤਿਗੁਰੂ ਅਰਜਨ ਦੇਵ ਗੁਰਤਾ ਗੱਦੀ ਤੇ ਸੁਭਾਇਮਾਨ ਹੋਏ, ਧਿਆਨ ਵਿੱਚ ਰੱਖਿਓ ਇੱਕੋ ਇੱਕ ਮਾਤਾ ਭਾਨੀ ਜੀ ਨੇ। ਗੁਰਮੁਖੋ ਜਿੰਨਾ ਤੋਂ ਇੰਨਾ ਮਾਣ ਪ੍ਰਾਪਤ ਹੈ ਉਹ ਗੁਰੂ ਪੁੱਤਰੀ ਨੇ, ਉਹ ਗੁਰੂ ਪਤਨੀ ਨੇ, ਉਹ ਗੁਰੂ ਮਾਂ ਨੇ, ਇੱਕੋ ਇੱਕ ਮਾਤਾ ਭਾਨੀ ਜੀ ਨੇ। ਇੱਥੇ ਬਸ ਨਹੀਂ, ਉਹ ਗੁਰੂ ਦਾਦੀ ਵੀ ਨੇ, ਗੁਰੂ ਪੜਦਾਦੇ ਵੀ ਨੇ, ਇੰਨਾ ਮਾਣ ਮਾਤਾ ਭਾਨੀ ਜੀ ਨੂੰ। ਰਹੋ ਵਿਚਾਰ, ਗਾਥਾ ਲੰਬੇਰੀ ਹੁੰਦੀ ਜਾਏਗੀ, ਮੈਂ ਇਤਿਹਾਸ ਦੇ ਵਿੱਚੋਂ ਇੱਕ ਢਾਡੀ ਕਲਾ ਦਾ ਅਹਿਮ ਵਾਰ ਤੁਹਾਡੀ ਸੇਵਾ ਵਿੱਚ ਕਰਵਾਉਣੀ ਹੈ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਜਿੱਥੇ ਸਰੋਵਰ ਦੀ ਉਹ ਸਾਰੀ ਉਸਦੀ ਮੁਕੰਮਲਤਾ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਕਰਵਾਈ, ਆਰੰਭ ਤਾਂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੇ ਕਰਵਾਈ, ਅੱਜ ਵੀ ਦਰਸ਼ਨ ਕਰਦੇ ਹਾਂ। 490 ਫੁੱਟ ਚੌੜਾਈ ਅਤੇ 500 ਫੁੱਟ ਲੰਬਾਈ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਦੇ ਉਸ ਸਰੋਵਰ ਦੀ ਹੈ ਜਿੱਥੇ ਆਪਾਂ ਇਸ਼ਨਾਨ ਕਰਕੇ ਸਕੂਨ ਪ੍ਰਾਪਤ ਕਰਦੇ ਹਾਂ। ਚਾਰ ਕਵੇਰੇ ਦੀ ਗੱਲ ਆਪਾਂ ਦਰਸ਼ਨ ਇਸ਼ਨਾਨ ਤੇ ਬੇਰੀਆਂ ਦੀ ਗੱਲ ਆਪਾਂ ਰਾਮ ਦੇ ਦੀਵਾਰ ਵਿੱਚ ਕਰ ਰਹੇ ਸੀ। ਗੁਰਮੁਖੋ ਗੁਰੂ ਅਰਜਨ ਦੇਵ ਮਹਾਰਾਜ ਗੁਰਤਾ ਗੱਦੀ ਤੇ ਸੁਭਾਇਮਾਨ ਹੋਏ, ਹਰਿਮੰਦਰ ਸਾਹਿਬ ਦੀ ਉਸਾਰੀ ਹੋਈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪ੍ਰਕਾਸ਼ ਹੋਏ, ਗੁਰੂ ਅਰਜਨ ਸਾਹਿਬ ਮਹਾਰਾਜ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਗੁਰਤਾ ਗੱਦੀ ਤੇ ਸੁਭਾਇਮਾਨ ਹੋਏ, ਮੀਰੀ ਤੇ ਪੀਰੀ ਦੀਆਂ ਦੋ ਕਿਰਪਾਨ ਹਰਿਮੰਦਰ ਸਾਹਿਬ ਦੇ ਐਨ ਬਿਲਕੁਲ ਸਾਹਮਣੇ ਅਕਾਲ ਤਖ਼ਤ ਸਾਹਿਬ ਦੀ ਸਿਰਜਣਾ ਕੀਤੀ ਗਈ, ਜਿਹੜਾ ਅਕਾਲ ਤਖ਼ਤ ਸਾਹਿਬ ਅੱਜ 85 ਫੁੱਟ 3 ਇੰਚ ਉੱਚਾ ਸੁਭਾਇਮਾਨ ਹੈ ਹਰਿਮੰਦਰ ਸਾਹਿਬ ਜੀ ਦੇ ਬਿਲਕੁਲ ਸਾਹਮਣੇ। ਇਹ ਮਾਤਾ ਭਾਨੀ ਤੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਦੇ ਪੋਤਰੇ ਦੀ ਧਰਤੀ ਦਾ ਗੁਰਮੁਖ ਹਰਿਮੰਦਰ ਸਾਹਿਬ ਦੀ ਉਸਾਰੀ, ਅਕਾਲ ਤਖ਼ਤ ਸਾਹਿਬ ਦੀ ਸਿਰਜਣਾ ਵਰਤਨ ਦੀਆਂ ਸਰਕਾਰਾਂ ਦੀਆਂ ਅੱਖਾਂ ਦੇ ਵਿੱਚ ਕੰਡੇ ਵਾਂਗ ਰੜਕਦੀ ਹੈ। ਸਿਰਜਣਾ ਹੋਈ ਅਕਾਲ ਤਖ਼ਤ ਸਾਹਿਬ ਦੀ, ਦੁਨੀਆਂ ਦੇ ਲੋਕਾਂ ਨੇ ਵਹੀਆਂ ਪਾ ਦਿੱਤੀਆਂ, ਸਰਕਾਰੀ ਕੋਰਟ ਕਚਹਿਰੀਆਂ ਖਾਲੀ ਹੋ ਗਈਆਂ, ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਸਾਹਮਣੇ ਦੁਨੀਆਂ ਦੇ ਲੋਕ ਆਣ ਹਾਜ਼ਰ ਹੋਏ ਜਿੱਥੋਂ ਨਿਆਂ ਮਿਲਦਾ ਸੀ। ਦੁਨੀਆਂ ਦੇ ਲੋਕ ਸੰਸਾਰੀ ਲੋਕ ਜਾਂਦੇ ਉੱਥੇ ਨੇ ਜਿੱਥੋਂ ਕੁਝ ਹੱਕ ਮਿਲੇ, ਜਿੱਥੇ ਨਿਆਂ ਮਿਲੇ, ਜਿੱਥੇ ਨਿਆਂ ਮਿਲਣਾ ਹੀ ਕੋਈ ਨਹੀਂ ਕੋਰਟ ਕਚਹਿਰੀਆਂ ਦੇ ਅੰਦਰ, ਅੱਜ ਦੇ ਵੀ ਹਾਲਾਤ ਇਹੋ ਜਿਹੇ ਨੇ, ਪਰ ਗੁਰਮੁਖੋ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੀ ਕਦੇ ਆਈ ਵਲੱਖਣ ਸੀ। ਫਲਸਰੂਪ ਗੁਆਲੀਅਰ ਦੇ ਕਿਲ੍ਹੇ ਵਿੱਚ ਬੰਦ ਰਹਿਣਾ ਪਿਆ, ਵਾਪਸ ਆਏ ਤੋਂ ਸਮਾਂ ਮਿਲਿਆ ਸੀ ਕਿਹਦੇ ਪ੍ਰਚਾਰ ਵਾਸਤੇ, ਪਰ ਵਰਤਨ ਦੀ ਸਰਕਾਰ ਨੇ ਫਿਰ ਵੀ ਬਹਾਨਾ ਬਣਾ ਲਿਆ। ਜਦੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸ਼ਿਕਾਰ ਖੇਡਣ ਵਾਸਤੇ ਤੁਰੇ ਨੇ, ਲਾਹੌਰ ਤੋਂ ਆਈ ਫੌਜ ਦੇ ਨਾਲ ਟਕਰਾਅ ਸਿੰਘ ਨੂੰ ਸਰਕਾਰ ਨੇ ਬਹਾਨਾ ਬਣਾਇਆ, ਕਿਉਂਕਿ ਉਹਨੇ ਬਹਾਨੇ ਬਣਾ ਕੇ ਕਿਸੇ ਢੰਗ ਦੇ ਨਾਲ ਜੰਗ ਸ਼ੁਰੂ ਕਰਨਾ ਹੁੰਦਾ ਨਾ, ਬਾਦ ਦਾ ਬਹਾਨਾ ਬਣਿਆ ਤੇ ਲਾਹੌਰ ਤੋਂ ਫੌਜ 7,000 ਲੈ ਕੇ ਮਜੂਸਰਾ ਜਦ ਰਹਿਣ ਚੱਲ ਪਿਆ। ਕਾਹਦੇ ਲਈ? ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੂੰ ਹੱਥ ਕੜੀਆਂ ਲਾ ਕੇ ਪੈਰਾਂ ਵਿੱਚ ਬੇੜੀਆਂ ਪਾ ਕੇ ਬਾਦਸ਼ਾਹ ਦੇ ਸਾਹਮਣੇ ਹਾਜ਼ਰ ਕਰਨਾ, ਪਰ ਇੱਧਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਕੋਲ ਹਮੇਸ਼ਾ ਵਾਸ ਰਹਿਣ ਵਾਲੇ ਮਰਜੀ ਵੀ ਨੇ, ਸਿੱਖ ਜਿਹੜੇ ਹੁਣ ਸ਼ਸਤਰਧਾਰੀ ਨੇ, ਬਾਣੀ ਪਾਣੇ ਵਿੱਚ ਪ੍ਰਤੱਖ ਨੇ, ਤਿਆਰ ਨੇ, ਉਹ ਘੋੜ ਸਵਾਰੀ ਕਰਦੇ, ਤੀਰ ਅੰਦਾਜ਼ੀ, ਨੇਜਾਬਾਜ਼ੀ, ਇਹ ਸਾਰੇ ਉਹਨਾਂ ਦੇ ਕੋਲ ਗੁਣ ਨੇ, ਉਹ ਮੌਤ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਕਹਿੰਦੇ ਕੋਲ ਹੋ ਗਏ। ਜਦੋਂ ਪਤਾ ਲੱਗਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਸਿੱਖਾਂ ਨੇ ਪੁਤਲੀ ਘਰ ਦੇ ਮੁਕਾਮ ਦੇ ਵਿੱਚ ਜਾ ਕੋਲ ਜਾ ਕੇ ਆਏ ਫੌਜ ਨੂੰ ਪਹਿਲਾਂ ਧੱਕਾ ਪਾਇਆ, ਮੁਗਲ ਸਾਗੇ ਦਾ ਕੋਈ ਗੱਲ ਨਹੀਂ, ਇਸ ਗੁਰੂ ਨੇ ਇੱਕ ਕਿਲ੍ਹਾ ਬਣਾਇਆ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ, ਆਪਾਂ ਸਵੇਰੇ ਉਸ ਕਿਲ੍ਹੇ ਤੇ ਹਮਲਾ ਕਰਾਂਗੇ, ਜੇ ਕਿਲ੍ਹੇ ਤੇ ਅਸੀਂ
ਲੀਜੇ ਪ੍ਰਾਪਤ ਕਰ ਲੀਜੇ ਤੂੰ ਪ੍ਰਾਪਤ ਕਰ ਲਈ ਤੇ ਸਾਡਾ ਰਾਹ ਕੋਈ ਨਹੀਂ ਰੋਕ ਸਕੇਗਾ। ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਦੇ ਕੋਲੋਂ 25 ਸਿੱਖ ਤਿਆਰ ਹੋ ਕੇ ਜਾਣ ਲੱਗੇ। ਤੁਰਨ ਕੇ ਇੱਕ ਸਿੱਖ ਨੇ ਆਖਿਆ ਮਹਾਰਾਜ ਪਤਾ ਲੱਗਿਆ ਦੁਸ਼ਮਣ ਦੇ ਕੋਲ ਫੌਜਾਂ ਬੜੀਆਂ ਨੇ, ਉਹਨਾਂ ਦੇ ਕੋਲ ਤੋਪਾਂ ਨੇ, ਸਾਡੇ ਕੋਲ ਇੱਕੋ ਹੀ ਕਿਲ੍ਹਾ, ਉਹਦੀਆਂ ਵੀ ਕੰਧਾਂ ਜਿਹੜੀਆਂ ਨੇ ਉਹ ਰੇਤਾਂ ਦੀਆਂ ਬਣੀਆਂ ਹੋਈਆਂ ਨੇ, ਕੀ ਅਸੀਂ ਟਾਕਰਾ ਕਰ ਸਕਾਂਗੇ? ਮੇਰੇ ਪੀਰ ਦੇ ਬਾਅਦ ਗੁਰੂ ਹਰਗੋਬਿੰਦ ਪਾਤਸ਼ਾਹ ਕਹਿਣ ਲੱਗੇ ਸਿੱਖੋ ਉਹ ਚੰਗਾ ਹੈ ਜਿਹੜੇ ਇਸ ਗੱਲ ਨੂੰ ਆਪਣੇ ਮਨ ਵਿੱਚ ਪ੍ਰਪੱਕ ਕਰਕੇ ਬੈਠੇ ਹੋ। ਜਾਓ ਤਾਂ ਪ੍ਰੇਮ ਫਿਰਨ ਦਾ ਚਾਹੋ ਸਿਰ ਤਾਈ ਗਲੀ ਮੇਰੀ ਆਓ ਇੱਕ ਮਾਰਗ ਪੈਰ ਨਹੀਂ ਜਾਏ ਸਿਰ ਦੀ ਮਨ ਆਂਦਰ ਪੀਤਾ ਉਹ ਜਾਏ ਉਹ ਯਾਦ ਰੱਖਿਓ ਕਿਵੇਂ ਆਪਣਾ ਕੰਨਾਂ ਨਹੀਂ ਪੱਕਿਆ ਜਵਾਨਾਂ ਦੇ ਹੌਸਲੇ ਤੇ ਹੁੰਦੀ ਹੈ। ਜੇ ਤੇ ਜਵਾਨਾਂ ਦਾ ਹੋਵੇ ਹੌਸਲਾ ਫਿਰ ਤੇ ਕੱਚੀਆਂ ਕੰਨਾਂ ਵੀ ਬੁਲਾਦੀਆਂ ਬਣ ਜਾਂਦੀਆਂ ਨੇ। ਜੇ ਉੱਥੇ ਰੱਖਣ ਵਾਲੇ ਹੌਸਲਾ ਹਾਰ ਜਾਣ ਆਪਣੀ ਫੌਜ ਨੂੰ ਦੇ ਕੇ ਹੌਸਲਾ ਕਿਹੜਾ ਤੇ ਹਮਲਾ ਬੋਲਿਆ ਇਧਰੋਂ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਦਾ ਪੁੱਤਰ ਆਪਣੇ ਹੱਥਾਂ ਵਿੱਚ ਹਥਿਆਰ ਸੁਣ ਕੇ ਆਈ ਫੌਜ ਦਾ ਟਾਕਰਾ ਕਰਦੇ ਨੇ।
ਸੰਗਤ ਸਤਿਗੁਰਾਂ ਨੂੰ ਸਿੱਖ ਚੁਕਾ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ। ਬੇਅੰਤ ਸੰਗਤ ਜਿੱਥੇ ਆਪ ਜੀ ਗੁਰੂ ਚਰਨਾਂ ਵਿੱਚ ਚੌਂਕੜੇ ਲਾ ਕੇ ਹਾਜ਼ਰੀ ਭਰ ਰਹੇ ਹੋ, ਗੁਰੂ ਘਰ ਦੇ ਪ੍ਰਬੰਧਕਾਂ ਵੱਲੋਂ ਜੋ ਬਹੁਤ ਸੁੰਦਰ ਸਾਰੇ ਪ੍ਰੋਗਰਾਮ ਉਲੀਕੇ ਜਾਂਦੇ ਨੇ ਸਮੇਂ ਸਮੇਂ ਦੇ ਅਨੁਸਾਰ, ਬੇਅੰਤ ਮਹਾਂਪੁਰਖ ਔਰ ਬੇਅੰਤ ਬੁਲਾਰੇ ਹਾਜ਼ਰੀ ਭਰਦੇ ਨੇ, ਉੱਥੇ ਸਾਰੇ ਪ੍ਰਬੰਧਕਾਂ ਦਾ ਵੀ ਧੰਨਵਾਦੀ ਹਾਂ। ਸਤਿਕਾਰ ਵੀਰ ਹਾਜ਼ਰੀ ਭਰ ਰਹੇ ਸਨ, ਭਾਈ ਸਾਹਿਬ ਜੀ, ਭਾਈ ਰਜਿੰਦਰ ਸਿੰਘ ਜੀ ਰਾਜਾ, ਔਰ ਸਤਿਕਾਰ ਵੀ ਭਾਈ ਜਸਦੇਵ ਸਿੰਘ ਜੀ, ਦਵਿੰਦਰ ਸਿੰਘ ਜੀ, ਜਿਨ੍ਹਾਂ ਨੇ ਕਿਰਪਾ ਕਰਕੇ ਇੱਥੇ ਹਾਜ਼ਰੀ ਭਰਨਾ ਕਿ ਦੁਬਾਰੇ ਇਸ ਸਮੇਂ ਦੌਰਾਨ ਹਾਜ਼ਰੀ ਦਾ ਇਹ ਸਮਾਂ ਦਿੱਤਾ ਹੈ। ਮੈਂ ਹਾਰਦਿਕ ਤੌਰ 'ਤੇ ਧੰਨਵਾਦ ਕਰਦਾ ਹਾਂ ਗੁਰੂ ਕੇ ਵਜੀਰ ਸਾਹਿਬਾਨ ਕਹਿੰਦੀ ਗੁਰਪ੍ਰੀਤ ਸਿੰਘ ਜੀ, ਦਿਲਬਾਗ ਸਿੰਘ ਜੀ, ਸਾਰੇ ਗੁਰੂ ਪਿਆਰੇ ਬੜੀ ਮੁਹੱਬਤ ਨਾਲ ਗੁਰੂ ਘਰ ਦੀ ਸੇਵਾ ਕਰਦੇ ਨੇ, ਔਰ ਸਾਰੇ ਸਤਿਕਾਰਤ ਵੀਰ ਸ਼ਾਮ ਦੇ ਸਮੇਂ ਸੁਖਾਸਨ ਦੇ ਸਮੇਂ ਮੇਰੇ ਸਤਿਕਾਰਤ ਗੁਰੂ ਪਿਆਰੇ ਵੀਰ ਹਾਜ਼ਰੀ ਭਰਦੇ ਨੇ, ਬੜੀਆਂ ਭਾਵਨਾ ਨਾਲ ਸੇਵਾ ਕਰਦੇ ਨੇ। ਵਾਹਿਗੁਰੂ ਦੇ ਚੜ੍ਹਦੀ ਕਲਾ ਦੇ ਨਾਲ ਸੇਵਾ ਇਸੇ ਤਰ੍ਹਾਂ ਲੈਂਦੇ ਰਹਿਣਾ। ਇੱਕ ਰਚਨਾ ਮੈਂ ਤੁਹਾਡੀ ਸੇਵਾ ਵਿੱਚ ਹੋਰ ਕਹਿਣ ਦਾ ਯਤਨ ਕਰਾਂਗਾ, ਕਿਉਂਕਿ ਸਮਾਂ ਜਿਹੜਾ ਉਹ ਸਮਾਪਤੀ ਦੇ ਨੇੜੇ ਬੜੀ ਛੇਤੀ ਪਲਾਂਘਾ ਘੁੱਟਦਾ ਅੱਗੇ ਨਿਕਲ ਜਾਂਦਾ ਹੈ। ਆਪ ਵੀ ਵਧੇ ਬੜੇ ਰੁਝੇਵਿਆਂ ਦੇ ਵਿੱਚੋਂ ਫਿਰ ਵੀ ਗੁਰੂ ਚਰਨਾਂ ਵਿੱਚ ਹਾਜ਼ਰੀ ਭਰ ਕੇ ਗੁਰੂ ਦੀ ਖੁਸ਼ੀ ਲੈਂਦੇ ਹੋ, ਤਾਂ ਇੱਕ ਰਚਨਾ ਮੈਂ ਤੁਹਾਡੀ ਸੇਵਾ ਵਿੱਚ ਹੋਰ ਕਹਾਂਗਾ। ਅੱਜ ਗੁਰੂ ਰਾਮਦਾਸ ਅਤੇ ਪਾਤਸ਼ਾਹ ਮਹਾਰਾਜ ਤੇ ਮਾਤਾ ਭਾਨੀ ਜੀ ਦੇ ਪੋਤਰੇ ਮੀਰੀ ਪੀਰੀ ਨੇ ਮਾਰਗ ਗੁਰੂ ਹਰਗੋਬਿੰਦ ਸਿੰਘ ਸਦੇ ਪਾਤਸ਼ਾਹ ਮਹਾਰਾਜ ਨੂੰ ਫੜਨ ਵਾਸਤੇ ਹੱਲਾ ਕੀਤਾ। ਲਾਹੌਰ ਤੋਂ ਆਈ 7000 ਫੌਜ ਨੇ, ਜਿਹੜਾ ਜਿਸ ਦਾ ਕਮਾਂਡਰ ਮੁਗਲ ਸਰਕਾਰ ਗੁਰਮੁਖੋ ਸਿੱਖਾਂ ਨੇ ਆਈ ਫੌਜ ਦਾ ਸਵਾਗਤ ਤੀਰਾਂ ਗੋਲੀਆਂ ਦੇ ਨਾਲ ਕੀਤਾ। ਗਹਿ ਗੱਤ ਲੜਾਈ ਹੋਈ, ਦੁਸ਼ਮਣ ਦਿਲਾਂ ਦੇ ਸ਼ੰਕੇ ਦੂਰ ਹੋ ਗਏ, ਭੁਲੇਖੇ ਦੂਰ ਹੋ ਗਏ। ਜਿਹੜੇ ਤੁਰੇ ਸਨ ਨਾ ਲਾਹੌਰ ਤੋਂ ਚਾਹ ਲੈ ਕੇ, ਲਾਹੌਰੋਂ ਤੁਰੇ ਤੇ ਅੰਮ੍ਰਿਤਸਰ ਕਿੰਨੀ ਦੂਰ ਹੈ, 40-50 ਕਿਲੋਮੀਟਰ ਦਾ ਸਫ਼ਰ ਕਿੰਨਾ ਕੁ ਹੈ, ਜਾਂਦੇ ਗੁਰੂ ਨੂੰ ਅਸੀਂ ਹੱਥ ਕਣੀਆਂ ਲਾ ਕੇ ਅਤੇ ਵਾਪਸ ਮੁੜ ਆਉਣਾ, ਕਿੰਨਾ ਕੁ ਟਾਈਮ ਲੱਗਣਾ। ਪਰ ਗੁਰਸਿੱਖੋ ਜਦੋਂ 6ਵੇਂ ਪਾਤਸ਼ਾਹ ਮਹਾਰਾਜ ਜੀ ਦੇ ਵੀਰ ਬਹਾਦਰ ਯੋਧਿਆਂ ਨੇ ਆਈ ਦੁਸ਼ਮਣ ਦਾ ਮੁਕਾਬਲਾ ਕਰਕੇ ਉਹਨਾਂ ਦੇ ਤਦ ਖੱਡੇ ਕੀਤੇ, ਹੈਰਾਨ ਰਹਿ ਗਿਆ ਦੁਸ਼ਮਣ, ਸੋਚਾਂ 'ਚ ਪੈ ਗਿਆ ਵੀ ਹੁਣ ਇੰਨਾ ਸੌਖਾ ਕੰਮ ਨਹੀਂ ਜਿੰਨਾ ਅਸੀਂ ਸਮਝ ਕੇ ਤੁਰੇ ਸੀ। ਇੱਥੇ ਹੋਰ ਬੇਨਤੀ ਕਰਨੀ ਚਾਹਾਂਗਾ, ਕਿੰਨਾ ਵੱਡਾ ਗੁਰੂ ਦੇ ਸਿੱਖਾਂ ਦੇ ਵਿੱਚ ਗੁਰੂ ਦੇ ਉੱਤੇ ਭਰੋਸਾ ਸੀ। ਗੁਰਮੁਖੋ ਗੁਰੂ ਅਜੇ ਜੰਗ ਦੀ ਤਿਆਰੀ ਹੋ ਰਹੀ ਸੀ, ਜਿਹੜਾ ਲੋਹਗੜ੍ਹ ਦਾ ਕਿਲ੍ਹਾ ਅੰਮ੍ਰਿਤਸਰ ਸਾਹਿਬ ਦੀ ਧਰਤੀ ਅਤੇ ਭਾਈ ਸਾਹਿਬ ਜੀ ਬੈਠੇ ਨੇ, ਬੇਅੰਤ ਵਾਰੀ ਜਿਹੜੇ ਜਾਂਦੇ ਨੇ ਦਰਸ਼ਨ ਜ਼ਰੂਰ ਕਰਿਆ ਕਰੋ। ਮਹਤਾਬ ਲਈ ਸਾਡਾ ਰੁਝਾਨ ਬਣਿਆ ਵੀ ਹਰਿਮੰਦਰ ਸਾਹਿਬ ਮੱਥਾ ਟੇਕਿਆ, ਸ਼ਹੀਦਾਂ ਦੇ ਅਸਥਾਨ 'ਤੇ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਅਸਥਾਨ 'ਤੇ ਟੇਕਿਆ। ਸਾਨੂੰ ਨਹੀਂ ਪਤਾ ਭਾਈ ਸਾਹਿਬ ਜੀ ਦਾ ਕੋਹਬਾ ਕਿੱਥੇ ਹੈ, ਸੀਸ ਮਹਿਲ ਗੁਰੂ ਕੇ ਮਹਿਲ ਕਿੱਥੇ ਨੇ ਅਤੇ ਕਿੱਥੇ ਲੋਹਗੜ੍ਹ ਦਾ ਕਿਲ੍ਹਾ ਹੈ। ਗੁਰਮੁਖੋ ਲੋਹਗੜ੍ਹ ਦਾ ਕਿਲ੍ਹਾ ਪਹਿਲਾ ਉਹ ਕਿਲ੍ਹਾ ਹੈ ਅੰਮ੍ਰਿਤਸਰ ਸਾਹਿਬ ਦੀ ਧਰਤੀ 'ਤੇ, ਪਹਿਲਾ ਜੰਗ ਹੈ ਜਿਹਦਾ ਮੈਂ ਜ਼ਿਕਰ ਕਰ ਰਿਹਾ ਤੁਹਾਡੀ ਸੇਵਾ ਦੇ। ਇੱਕ ਸਿੱਖ ਲੋਹਗੜ੍ਹ ਦੇ ਕਿਲ੍ਹੇ ਵਿੱਚੋਂ ਅੱਜ ਵਰਗੇ ਵੀ ਕੱਚੀਆਂ ਕੰਧਾਂ ਸਨ, ਉਹ ਦੌੜ ਕੇ ਆਇਆ 6ਵੇਂ ਪਾਤਸ਼ਾਹ ਦੇ ਕੋਲ ਅਕਾਲ ਤਖ਼ਤ ਸਾਹਿਬ, ਮੱਥਾ ਟੇਕਿਆ, ਸਤਿਗੁਰੂ ਜੀ ਮੈਂ ਬੇਨਤੀ ਕਰਨ ਵਾਸਤੇ ਆਇਆ। ਉਹ ਸਿੱਖ ਦਾ ਨਾਮ ਹੈ ਭਾਈ ਮੋਹਰੀ ਚੰਦ, ਮਿਸਤਰੀ ਸਿੱਖ ਹੈ, ਇਹ ਖੇਮਗੜ੍ਹ ਸ਼ਹਿਰ ਦੇ ਰਹਿਣ ਵਾਲਾ। ਕਹਿੰਦਾ ਮਹਾਰਾਜ ਦੁਸ਼ਮਣ ਦੇ ਕੋਲ ਤੋਪਾਂ ਨੇ, ਸਾਡੇ ਕੋਲ ਕੋਈ ਉਹੋ ਜਿਹਾ ਹਥਿਆਰ ਨਹੀਂ। ਮਹਾਰਾਜ ਕਹਿੰਦੇ ਫਿਰ ਰੋਟੀ ਕਰਨਾ ਚਾਹੀਦਾ। ਕਹਿੰਦਾ ਸੱਚੇ ਪਾਤਸ਼ਾਹ ਜੇ ਤੁਸੀਂ ਕਿਰਪਾ ਕਰੋ ਆਗਿਆ ਦਿਓ ਤਾਂ ਇੱਕ ਤੋਪ ਨਾ ਬਣਾ ਲਈਏ। ਤੁਹਾਨੂੰ ਵੀ ਹਰ ਬੰਦੇ ਨੂੰ ਸਮਝਣ ਵਾਸਤੇ ਕਈ ਵਾਰੀ ਜਿਹੜੇ ਇਤਿਹਾਸ ਤੋਂ ਸਜੇ ਕਰਦੇ ਨੇ ਉਹਨਾਂ ਨੂੰ ਮਹਿਸੂਸ ਹੁੰਦਾ ਵੀ ਇਹ ਕਿਵੇਂ ਦੀ ਗੱਲ ਹੋਈ। ਇੱਕ ਪਾਸੇ ਤਾਂ ਲੜਾਈ ਸ਼ੁਰੂ ਹੋ ਰਹੀ, ਇੱਕ ਪਾਸੇ ਬੰਦਾ ਕਹਿ ਉਹਨਾਂ ਨੂੰ ਤੋਪ ਤਿਆਰ ਕਰ ਲਵਾਂ। ਗੁਰਮੁਖੋ ਹਕੀਕਤ ਹੈ, ਇਹ ਸੱਚਾਈ ਹੈ, ਇਤਿਹਾਸ ਹੈ, ਕੋਈ ਸੁਣੀਆਂ ਸੁਣਾਈਆਂ ਸੱਜੇ ਖੱਬੇ ਦੀਆਂ ਗੱਲਾਂ ਨਹੀਂ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਸਿੱਖ ਭਾਈ ਮੋਹਰੀ ਚੰਦ ਕਹਿੰਦਾ ਦਾਦਾ ਹੁਕਮ ਹੋਵੇ ਤਾਂ ਤੋਪ ਨਾ ਤਿਆਰ ਕਰ ਲਈ। ਸਤਿਗੁਰੂ ਜਾਣੀ ਜਾਣੇ ਕੰਨ ਕਰਾਉਣ ਵਾਲੇ ਆਪ ਨੇ, ਕਹਿੰਦੇ ਮੋਹਰੀ ਚੰਦ ਤੋਪ ਤਿਆਰ ਹੋ ਜਾਏਗੀ। ਕਹਿੰਦਾ ਸੱਚੇ ਪਾਤਸ਼ਾਹ ਜੋ ਮੈਂ ਸੁਣਦਾ ਆਇਆ ਸੱਚ ਹੈ ਝੂਠ ਹੈ ਇਤਿਹਾਸ ਹੈ ਮੈਂ ਇਤਿਹਾਸ ਹੈ ਮੈਂ ਨਹੀਂ ਜਾਣਦਾ, ਪਰ ਮੈਂ ਸੁਣਿਆ ਵੀ ਜਦੋਂ ਭਗਵਾਨ ਰਾਮ ਚੰਦਰ ਨੇ ਲੰਕਾ 'ਤੇ ਚੜ੍ਹਾਈ ਕੀਤੀ ਸੀ ਨਾ, ਉਹਦੀ ਸੈਨਾ ਪੱਥਰਾਂ ਦਾ ਪੁਲ ਬਣਾ ਕੇ ਪਾਰ ਲੰਘੀ ਸੀ ਸਮੁੰਦਰ ਦੇ ਉੱਤੇ। ਮਹਾਰਾਜ ਜੇ ਉਹਦੀ ਸੈਨਾ ਪੱਥਰਾਂ ਦਾ ਪੁਲ ਬਣਾ ਕੇ ਲੰਘ ਸਕਦੀ ਤਾਂ ਤੁਹਾਡਾ ਸਿੱਖ ਤੋਪ ਨਹੀਂ ਤਿਆਰ ਕਰ ਸਕਦਾ। ਮਹਾਰਾਜ ਨੇ ਥਾਪੜਾ ਲਾ ਕੇ ਆਖਿਆ ਸ਼ਾਬਾਸ਼ ਜਾਓ ਗੁਰੂ ਨਾਨਕ ਕਿਰਪਾ ਕਰੇਗਾ ਪਰ ਬਣਾਓਗੇ ਕਾਹਦੀ। ਭਾਈ ਮੋਹਰੀ ਚੰਦ ਕਹਿਣ ਲੱਗਾ ਮਹਾਰਾਜ ਮੈਂ ਵੇਖ ਕੇ ਆਇਆ ਲੋਹਗੜ੍ਹ ਦੇ ਕਿਲ੍ਹੇ ਵਿੱਚ ਇੱਕ ਲੱਕੜ ਦਾ ਮੋਛਾ ਪਿਆ ਬੜਾ ਵਧੀਆ, ਉੱਥੇ ਤੁਹਾਡੀ ਕਿਰਪਾ ਹੋਵੇ ਤੇ ਉਸ ਲੱਕੜ ਦੀ ਤੋਪ ਤਿਆਰ ਕਰ ਦੇਣਾ। ਮਹਾਰਾਜ ਨੇ ਥਾਪੜਾ ਲਾਇਆ, ਸਿੱਖੂ ਹੱਥਾਂ ਦੇ ਹੁਨਰ ਦੇ ਨਾਲ ਮੋਹਰੀ ਚੰਦ ਨੇ ਲੱਕੜ ਦੀ ਤੋਪ ਤਿਆਰ ਕੀਤੀ, ਉਹਦੇ ਵਿੱਚ ਭਰ ਕੇ ਬਰੂਦ ਦੀ ਥਾਂ ਤੇ ਪੱਥਰ ਪੈਂਤਾ ਲਾਇਆ ਤੇ ਦੁਸ਼ਮਣ ਦੀ ਫੌਜ ਦੇ ਆਹੂ ਉੱਥੇ ਅੱਜ ਵੀ ਲੋਹਗੜ੍ਹ ਦੇ ਕਿਲ੍ਹੇ ਵਿੱਚ ਪ੍ਰਬੰਧਕਾਂ ਨੇ ਸੰਭਾਲ ਕੇ ਰੱਖੀ ਹੈ ਉਹ ਤੋਪ ਜਿਹੜੀ ਚੱਲੀ ਪਹਿਲੇ ਜੰਗ ਦੇ। ਖੈਰ ਪਹਿਲੇ ਦਿਨ ਦਾ ਜੰਗ ਸਮਾਪਤ ਹੋਇਆ।
ਪਰਿਵਾਰ ਨੂੰ ਅੰਮ੍ਰਿਤਸਰ ਸਾਹਿਬ ਤੋਂ ਝਬਾਲ ਭੇਜਿਆ। ਝਬਾਲ ਦੇ ਰਹਿਣ ਵਾਲਾ ਚੌਧਰੀ ਲੰਗਾਹ ਸਿੱਖ ਸੀ, ਇਹਦਾ ਬੜਾ ਕਰਮੀ ਨਾਮਾ ਵੱਡਾ ਹੈ। ਇਹ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਤੋਂ ਪਹਿਲਾਂ ਦੇ ਸਮੇਂ ਤੋਂ ਗੁਰੂ ਚਰਨਾਂ ਵਿੱਚ ਹਾਜ਼ਰੀ ਭਰਦਾ ਸੀ। ਆਇਆ ਕਿਵੇਂ ਇੱਕ ਵੱਖਰੀ ਦਾਸਤਾਨ। ਚੌਧਰੀ ਲੰਗਾਹ ਦੇ ਘਰ ਵਿੱਚ ਇਸ ਕਰਕੇ ਭੇਜਿਆ ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਦੀ ਬੇਟੀ ਬੀਬੀ ਵੀਰੋ ਦਾ ਵਿਆਹ ਸੀ ਇਹਨਾਂ ਦਿਨਾਂ। ਸੋਚਿਓ ਕੋਈ ਪਿਤਾ ਨਹੀਂ ਇਹੋ ਜਿਹਾ ਘਰ ਵਿੱਚ ਵਿਆਹ ਰੱਖੇ ਤੇ ਦੂਜੇ ਪਾਸੇ ਦੁਸ਼ਮਣ ਨੂੰ ਆਖੇ ਵੀ ਆ ਜਾ। ਸਤਿਗੁਰੂ ਤਾਂ ਆਪਣੇ ਪੁੱਤਰੀ ਆਪਣੀ ਬੇਟੀ ਦੇ ਵਿਆਹ ਵਿੱਚ ਰੁੱਝੇ ਹੋਏ ਸਨ, ਸੰਗਤਾਂ ਦੂਰੋਂ ਦੂਰੋਂ ਆ ਰਹੀਆਂ ਸਨ, ਦੁਸ਼ਮਣ ਨੇ ਅੱਜ ਤੱਕ ਇਹ ਹਾਲਾਤ ਬੋਲਿਆ। ਪਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਬੇਡਰ ਕੋਈ ਨੀ, ਗੁਰੂ ਨਾਨਕ ਰੱਖਾ ਹੈ, ਦੁਸ਼ਮਣ ਦਾ ਟਾਕਰਾ ਵੀ ਕਰਾਂਗੇ ਤੇ ਵਿਆਹ ਵੀ ਕਰਾਂਗੇ। ਝਬਾਲ ਦੀ ਧਰਤੀ ਤੇ ਪਰਿਵਾਰ ਨੂੰ ਭੇਜ ਦਿੱਤਾ। ਇਧਰੋਂ ਹਿੰਦੁਸਤਾਨ ਅਗਲੀ ਸਵੇਰ ਸੰਗਰਾਨੰਦ ਸਾਹਿਬ ਵਾਲੇ ਪਾਸਿਓਂ ਅਕਲ ਵੱਡੀ ਹੋ ਕੇ ਇਹਦਾ ਮੈਂ ਮੁਕਾਬਲਾ ਕਰਾਂਗਾ। ਲਓ ਜੀ ਦੋਵੇਂ ਪਾਸਿਆਂ ਨੂੰ ਸਾਹਮਣੇ ਹੋ ਗਏ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਤੇ ਉਧਰ ਮੁੱਖ ਰਸਤਾ ਸੇਵਾ ਵਿੱਚ ਤੁਹਾਡੀ ਜਥਾ ਗਾ ਕੇ ਹੈ।
ਹੈ ਸੁਖਰ ਸਾਹਿਬ ਦੇ ਦੋ ਟੋਟੇ ਕਰਕੇ ਧਰਤੀ ਤੇ ਸੁੱਟ ਦਿੱਤਾ। ਪਹਿਲਾ ਜੰਗ ਸੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਜੰਗ ਜਿੱਤਿਆ ਗਿਆ। ਅਕਾਲ ਅਕਾਲ ਗੁਰਬਾਣੀ ਅਕਾਲ ਦੇ ਜੈਕਾਰੇ ਗੂੰਜੇ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੀ ਜਿੱਤ ਹੋਈ। ਛੇਵੇਂ ਪਾਤਸ਼ਾਹ ਨੇ ਚਾਰ ਜੰਗ ਵਕਤ ਦੀ ਸਰਕਾਰ ਦੇ ਨਾਲ ਮੁਗਲੀਆ ਹਕੂਮਤ ਦੇ ਨਾਲ ਜ਼ੁਲਮ ਕਰਨ ਜ਼ੁਲਮ ਦੇ ਖਿਲਾਫ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਕੀਤੇ। ਉਹਨਾਂ ਚਾਰ ਜੰਗਾਂ ਵਿੱਚੋਂ ਪਹਿਲਾ ਜੰਗ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਜਿੱਤਿਆ ਗਿਆ। ਗੁਰਮੁਖੋ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਦਰਬਾਰ ਹਰਿਮੰਦਰ ਸਾਹਿਬ ਔਰ ਅਕਾਲ ਤਖ਼ਤ ਸਾਹਿਬ ਨੇ ਜਿਹੜਾ ਗਹਿਰੀ ਨਿਗਾਹ ਕਰਕੇ ਦੇਖੇਗਾ, ਜਿਹੜਾ ਇਸ ਤੇ ਚੜ੍ਹ ਕੇ ਆਏਗਾ ਉਹ ਕਦੇ ਬਖਸ਼ਿਆ ਨਹੀਂ ਜਾਏਗਾ। ਇਸੇ ਇਤਿਹਾਸ ਦੀ ਲੜੀ ਦੇ ਤਹਿਤ ਕੱਲ੍ਹ ਦੋ ਉਹਨਾਂ ਕੌਮ ਦੇ ਮਹਾਨ ਕੌਮੀ ਸ਼ਹੀਦਾਂ ਨੂੰ ਯਾਦ ਕਰਾਂਗੇ। ਉਹਨਾਂ ਦੇ ਲਈ ਅਕਾਲ ਤਖ਼ਤ ਸਾਹਿਬ ਜੀ ਦਾ ਦਰਦ ਆਪਣੇ ਸੀਨੇ ਵਿੱਚ ਰੱਖ ਕੇ ਵਕਤ ਦੇ ਉਸ ਵਕਤ ਦੇ ਜਾਨਵਰਾਂ ਦੀ ਸੁਧਾਈ ਕੀਤੀ ਸੀ। ਖੈਰ ਅੱਜ ਦੇ ਦੀਵਾਨ ਵਿੱਚ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਪਹਿਲੇ ਜੰਗ ਦਾ ਨਕਸ਼ਾ ਤੁਹਾਡੀ ਸੇਵਾ ਵਿੱਚ ਪ੍ਰਾਰਥਨਾ ਕਰ ਰਹੇ ਸੀ। ਵਿਚਾਰਾਂ ਕਰਦਿਆਂ ਹਾਜ਼ਰੀ ਭਰਦਿਆਂ ਇੱਕ ਜਾਂ ਦੋ ਦੀ ਬਹੁਤ ਸਾਰੀਆਂ ਭੁੱਲਾਂ ਹੋ ਜਾਣੀਆਂ ਸੁਭਾਵਿਕ ਨੇ। ਸਾਡੀਆਂ ਭੁੱਲਾਂ ਜਾ ਕੇ ਖਿਮਾ ਕਰ ਦੇਣਾ ਵਡਿਆਈ ਗੁਰੂ ਹਰਗੋਬਿੰਦ ਸਾਹਿਬ ਦੀ ਆਪਣੇ ਹਿਰਦੇ ਵਿੱਚ ਵਸਾ ਲਾਣੀ। ਕੋਟਾਨਪੁਰ ਸ਼ੁਕਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਮੂਹ ਸੰਗਤ ਦਾ ਸਾਰੇ ਸੇਵਾਦਾਰਾਂ ਬਹੁਤ ਸਾਰਾ ਮਾਣ ਸਨਮਾਨ ਅਤੇ ਪਿਆਰ ਤੁਸੀਂ ਲਗਾਤਾਰ ਬਖਸ਼ਿਸ਼ ਕੀਤਾ। ਪਹਿਲਾਂ ਵੀ ਦੋ ਹਫ਼ਤੇ ਹਾਜ਼ਰੀ ਭਰਨ ਦਾ ਵਕਤ ਮਿਲਿਆ ਸੀ, ਇਸ ਵਾਰ ਇੱਕ ਹਫ਼ਤਾ ਸੀ ਜੋ ਕੱਲ੍ਹ ਤੱਕ ਹੈ। ਗੁਰੂ ਹਰਗੋਬਿੰਦ ਸਾਹਿਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਿਰਪਾ ਕਰਨ, ਕੱਲ੍ਹ ਦੇ ਦੀਵਾਨ ਦੀ ਹਾਜ਼ਰੀ ਹੈ, ਸੱਚੇ ਪਾਤਸ਼ਾਹ ਸਮਾਂ ਬਖਸ਼ਿਸ਼ ਕਰਨ, ਫਿਰ ਤੁਹਾਡੇ ਦਰਸ਼ਨਾਂ ਦੀ ਆਸ ਲੈ ਕੇ ਤੁਹਾਡੇ ਕੋਲੋਂ ਅਸੀਂ ਆਗਿਆ ਲੈਣ ਲੱਗੇ ਹਾਂ। ਸਤਿਕਾਰ ਕਬੀਲਾਂ ਵੱਲੋਂ, ਭੈਣਾਂ ਵੱਲੋਂ ਬਹੁਤ ਸਾਰਾ ਮਾਣ ਸਨਮਾਨ ਮਿਲਿਆ ਹੈ। ਮਾਇਕ ਤੌਰ ਦੇ ਉੱਤੇ ਵੀ ਤੁਸੀਂ ਆਪਣੀ ਦਸਾਂ ਦੀ ਕਿਰਤ ਕਮਾਈ ਵਿੱਚੋਂ ਬੇਅੰਤ ਸਾਰਾ ਮਾਣ ਸਨਮਾਨ ਹਮੇਸ਼ਾ ਦਿੱਤਾ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ 'ਚ ਅਰਦਾਸ ਕਰਦਾ, ਵਾਹਿਗੁਰੂ ਸਾਰਿਆਂ ਦੀ ਹਾਜ਼ਰੀ ਦਾ ਪ੍ਰਵਾਨ ਕਰੇ, ਪਰਿਵਾਰ ਨੇ ਸੁੱਖ ਸ਼ਾਂਤੀ ਪਿਆਰ ਇਤਫਾਕ ਖੁਸ਼ੀਆਂ ਖੇੜੇ ਸੇਵਾ ਸਿਮਰਨ ਤੇ ਸਤਿਕਾਰ ਦੀ ਰਾਤ ਬਖਸ਼ਿਸ਼ ਕਰਕੇ ਮੇਰੇ ਸਾਥੀ ਨੂੰ, ਹਰ ਸਿੱਖ ਨੂੰ, ਹਰ ਮਾਈ ਭਾਈ ਨੂੰ ਮਾਜਣ ਔਰ ਸਾਰੇ ਪ੍ਰਬੰਧਕਾਂ ਦਾ ਦਿੱਤੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਹਾਂ ਜੀ। ਆਓ ਹੁਣ ਆਪਾਂ ਸਾਰੇ ਰਲ ਕੇ ਆਨੰਦ ਸਾਹਿਬ ਜੀ ਦੀ ਪਾਵਨ ਵਾਲੀ ਦੇ ਜਾਪ